ਬਰਮਿੰਗਮ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦਾ ਨਾਂ ਰੋਸ਼ਨ ਕਰਨ ਵਾਲੇ 19 ਪੁਰਸ਼ ਅਤੇ ਮਹਿਲਾ ਖਿਡਾਰੀ ਅੱਜ ਵਤਨ ਵਾਪਸ ਪਰਤੇ। ਅੰਮ੍ਰਿਤਸਰ ਦੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਸਮੇਤ ਹੋਰ ਅਧਿਕਾਰੀਆਂ ਨੇ ਇਨ੍ਹਾਂ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ। ਇਨ੍ਹਾਂ ਖਿਡਾਰੀਆਂ ਵਿੱਚ ਮੀਰਾਬਾਈ ਚਾਨੂੰ, ਜੈਰਮੀ ਲਾਲਰੀ ਨੂੰਗਾ, ਅਚਿੰਤਾ ਸਿਓਲੀ, ਭੰਡਾਰਨੀ ਦੇਵੀ, ਸੰਕੇਤ ਸਰਗਰ, ਵਿਕਾਸ ਠਾਕੁਰ, ਹਰਜਿੰਦਰ ਕੌਰ, ਗੁਰਦੀਪ ਸਿੰਘ ਅਤੇ ਗੁਰੂ ਰਾਜਾ ਪੁਜਾਰੀ ਵੀ ਸ਼ਾਮਲ ਸਨ। ਇਨ੍ਹਾਂ ਸਾਰੇ ਖਿਡਾਰੀਆਂ ਨੇ ਉਨ੍ਹਾਂ ਦੀ ਹੌਸਲਾ ਅਫਜਾਈ ਲਈ ਸਮੂਹ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ। ਬਹੁਤ ਵਧੀਆ ਬਹੁਤ ਰਿਹਾ ਅੱਜ ਕੱਲ੍ਹ ਭਾਈ, ਸਪੋਰਟਸ ਕਰਨੀ ਚਾਹੀਦੀ ਸਭ ਨੂੰ। ਨਹੀਂ ਦੇਖ ਰਹੇ ਕਿੰਨਾ ਪਿਆਰ ਮਿਲ ਰਿਹਾ ਕਰਨ ਲਈ। ਕਿੰਨੇ ਖਿਲਾੜੀ ਆਏ ਆਪਣੇ? 15 ਟੋਟਲ ਖਿਲਾੜੀ ਆਏ ਨਹੀਂ। ਬਹੁਤ ਧੰਨਵਾਦ ਜੀ ਸਾਰਿਆਂ ਦਾ, ਸਾਰੇ ਇੱਥੇ ਇਹਨਾਂ ਜਿੰਨੇ ਦੇਸ਼ ਵਾਸੀ ਆਪਣੇ ਪਹੁੰਚੇ ਆ ਅਤੇ ਆਪਾਂ ਨੂੰ ਇੰਨਾ ਪਿਆਰ ਦਿੱਤਾ ਜੀ, ਤਾਂ ਸਭ ਬਹੁਤ ਬਹੁਤ ਧੰਨਵਾਦ ਜੀ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਸਾਨੂੰ ਆਪਣੇ ਖਿਡਾਰੀਆਂ 'ਤੇ ਬਹੁਤ ਮਾਣ ਹੈ। ਸਾਡੇ ਅੰਮ੍ਰਿਤਸਰ ਜ਼ਿਲ੍ਹੇ ਲਈ ਤਾਂ ਬੜੇ ਮਾਣ ਦੀ ਗੱਲ ਹੈ। ਲਵਪ੍ਰੀਤ ਨੇ ਪੂਰੇ ਵਿਸ਼ਵ ਵਿੱਚ ਜਿਹੜਾ ਹੈ ਅੰਮ੍ਰਿਤਸਰ ਦਾ ਨਾਮ ਮਾਨ ਵਧਾਇਆ ਹੈਗਾ। ਅਸੀਂ ਸਾਰੇ ਇਸ ਗੱਲ 'ਤੇ ਬਹੁਤ ਮਾਣ ਕਰਦੇ ਹਾਂ ਅਤੇ ਇਸ ਲਈ ਉਹਦੇ ਸਤਿਕਾਰ ਲਈ ਅੱਜ ਇੱਥੇ ਪਹੁੰਚੇ। ਸਾਡੇ ਵੱਲੋਂ ਤਾਂ ਜੀ ਇਹੀ ਮੈਸੇਜ ਹੈ, ਜਿਹੜੇ ਸਾਡੇ ਜੇਤੂ ਖਿਲਾੜੀ ਅੱਜ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਕੇ ਵਾਪਸ ਆਏ ਨੇ, ਇਹ ਆਈਡੀਅਲ ਨੇ ਸਾਰੇ ਦੇ ਸਾਰੇ ਯੂਥ ਲਈ ਕਿ ਅੱਜ ਅਸੀਂ ਆਪਣੇ ਯੂਥ ਨੂੰ ਪ੍ਰੇਰਿਤ ਕਰੀਏ ਕਿ ਉਹ ਫਿੱਟ ਇੰਡੀਆ ਮੂਵਮੈਂਟ ਨਾਲ ਜੁੜਨ, ਉਹ ਸਪੋਰਟਸ ਦੇ ਖੇਤਰ ਵਿੱਚ ਆਪਣੀ ਮਿਹਨਤ ਨਾਲ ਜਿਹੜਾ ਹੈ ਦੇਸ਼ ਦਾ ਨਾਮ ਹਰ ਮੰਚ 'ਤੇ ਰੋਸ਼ਨ ਕਰਨ। ਭਾਰਤੀ ਭਾਰਤੋਲਕਾਂ ਦੀ ਟੀਮ ਨੇ ਦੇਸ਼ ਵਾਸਤੇ 10 ਤਮਗੇ ਜਿੱਤੇ, ਜਿਨ੍ਹਾਂ ਵਿੱਚ ਸੋਨੇ ਅਤੇ ਚਾਂਦੀ ਦੇ 3-3 ਅਤੇ ਕਾਂਸੇ ਦੇ 4 ਤਮਗੇ ਸ਼ਾਮਲ ਨੇ। ਵਤਨ ਪਰਤੇ ਲਵਪ੍ਰੀਤ ਸਿੰਘ ਦਾ ਪਿੰਡ ਅੰਮ੍ਰਿਤਸਰ ਹਵਾਈ ਅੱਡੇ ਦੇ ਬਿਲਕੁਲ ਨਾਲ ਲੱਗਦਾ ਬਲ ਸਿਕੰਦਰ ਏ।